ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਹਿਬਜ਼ਾਦੇ ਸਤਿਗੁਰ ਜੀ ਦੇ ਲਗਤੇ ਜਿਗਰ ਮਾਤਾ ਸੁਲਖਣੀ ਜੀ ਦੇ ਨੂਰੇ ਨજર ਤਨ ਬਾਬਾ ਸ੍ਰੀ ਚੰਸੇ ਮਹਾਰਾਜ ਜੀ ਦਾ 527ਵਾਂ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਅਖਾੜਾ ਸਾਈਂ ਵਿਖੇ ਮਨਾਇਆ ਜਾ ਰਿਹਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਸੋ ਇਸ ਵਾਰੀ ਬਾਬਾ ਸ਼੍ਰੀਚੰਦ ਸੇ ਮਹਾਰਾਜ ਜੀ ਦੇ 527ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਸਲਾਨਾ ਜੋੜ ਮੇਲਾ 19, 20 ਅਤੇ 21 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ 20 ਨਵੰਬਰ ਨੂੰ ਸ਼ਵੇਰੇ 10 ਵਜੇ ਤੋਂ ਲੈ ਕੇ ਸਾਢੇ 12 ਵਜੇ ਤੱਕ ਕਥਾ ਕੀਰਤਨ ਦਰਬਾਰ ਹੋਏਗਾ ਮਹਾਂਪੁਰਖ ਆਪ ਸੰਗਤਾਂ ਨੂੰ ਹਰ ਜਸ ਦੁਆਰਾ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ ਸਾਢੇ 12 ਵਜੇ ਤੋਂ ਲੈ ਕੇ ਸ਼ਾਮ ਤੱਕ ਫਿਰ ਕਬੱਡੀ ਦਾ ਟੂਰਨਾਮੈਂਟ ਹੋਏਗਾ ਤੇ 21 ਨਵੰਬਰ ਦਾ ਜਿਹੜਾ ਪ੍ਰੋਗਰਾਮ ਹੈ ਸਵੇਰੇ 10 ਵਜੇ ਤੋਂ ਲੈ ਕਰਕੇ ਸ਼ਾਮ ਦੇ 5 ਵਜੇ ਤੱਕ ਹੋਵੇਗਾ ਹਰ ਸਾਲ ਦੀ ਤਰ੍ਹਾਂ 21 ਨਵੰਬਰ ਵਾਲੇ ਗੁਰਮਤ ਸਮਾਗਮ ਦੇ ਵਿੱਚ ਸਿੱਖ ਪੰਥ ਦੀਆਂ ਸਮੁੱਚੀਆਂ ਸੰਪਰਦਾਵਾਂ ਦੇ ਸੰਤ ਮਹਾਂਪੁਰਖ ਪ੍ਰਸਿੱਧ ਰਾਗੀ ਢਾਡੀ ਜਥੇ ਕਥਾਵਾਚਕ ਗੁਰਮਤ ਵਿਚਾਰਾਂ ਰਾਹੀ ਗੁਰਬਾਣੀ ਕੀਰਤਨ ਰਾਹੀ ਆਪ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਸਾਰੀਆਂ ਸੰਗਤਾਂ ਨੇ ਇਸ ਸਮਾਗਮਾਂ ਦੇ ਵਿੱਚ ਵਦ ਤੋਂ ਵਦ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜਿੱਥੇ ਆਪ ਹੋਣਾ ਹੈ ਉੱਥੇ ਹੋਰਾਂ ਸੰਗਤਾਂ ਨੂੰ ਹੀ ਪ੍ਰੇਰਣਾ ਦੇ ਕਰਕੇ ਲੈ ਕਰਕੇ ਹੋਣਾ ਹੈ ਇੰਨਾ ਸਾਰੇ ਪ੍ਰੋਗਰਾਮਾਂ ਦਾ ਜਿਹੜਾ ਲਾਈਵ ਟੈਲੀਕਾਸਟ ਮੰਡੀ ਸਾਹਿਬ YouTube ਤੇ ਤੇ ਨਿਤਨਿਮ ਚੈਨਲ ਤੇ ਨਾਲ ਹੀ ਈਸ਼ਰ ਟੀਵੀ ਤੇ ਅਕਾਲ ਚੈਨਲ ਤੇ ਸਾਰੀਆਂ ਸੰਗਤਾਂ ਨੇ ਜਿਹੜੇ ਗੁਰਸਿੱਖ ਗੁਰਮੁਖ ਸਮਾਗਮ ਦੇ ਵਿੱਚ ਨਹੀਂ ਹਾਜ਼ਰੀ ਭਰ ਸਕਦੇ ਇਹਨਾਂ ਚੈਨਲਾਂ ਦੇ ਉੱਤੇ YouTube ਚੈਨਲਾਂ ਦੇ ਉੱਤੇ ਸਰਚ ਕਰਕੇ ਸਮਾਗਮ ਦਾ ਸਿੱਧਾ ਪ੍ਰਸਾਰਣ ਘਰਾਂ ਦੇ ਵਿੱਚ ਬੈਠ ਕੇ ਆਨੰਦ ਮਾਣ ਸਕਦੇ ਨੇ